ਕਿਵੇਂ ਕੁਰਲਾਉਂਦੇ ਉਹ ਪਰਿਵਾਰ ਨੇ ਜਿਨ੍ਹਾਂ ਦੀਆਂ ਖੁਸ਼ੀਆਂ ਇੱਕੋ ਹੀ ਰਾਤ ਵਿੱਚ ਉਜੜ ਗਈਆਂ ਨੇ। ਇਹਨਾਂ ਪੰਜ ਘਰਾਂ ਦੇ ਵਿੱਚ ਪੰਜ ਨੌਜਵਾਨ ਪੁੱਤਾਂ ਦੀ ਮੌਤ ਹੋ ਗਈ ਹੈ। ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਪੰਜਾਂ ਦੀ ਹੀ ਜਾਨ ਚਲੀ ਗਈ ਹੈ। ਇਹ ਪੰਜ ਨੌਜਵਾਨ ਬਚਪਨ ਤੋਂ ਹੀ ਦੋਸਤ ਸਨ, ਇੱਕੋ ਇਲਾਕੇ ਦੇ ਰਹਿਣ ਵਾਲੇ ਸਨ। 22 ਤੋਂ 24 ਸਾਲ ਇਹਨਾਂ ਸਾਰਿਆਂ ਦੀ ਉਮਰ ਸੀ ਤੇ ਇਹ ਸਾਰੇ ਹੀ RSS ਦੇ ਵਰਕਰ ਵੀ ਸਨ ਤੇ ਬੜੀ ਮਿਹਨਤ ਦੇ ਨਾਲ ਕੰਮ ਕਰਦੇ ਸਨ। ਕਿਸੇ ਵਿਆਹ ਨੂੰ ਅਟੈਂਡ ਕਰਨ ਤੋਂ ਬਾਅਦ ਇਹ ਪੰਜੇ ਦੋਸਤ ਕਾਰ 'ਚ ਸਵਾਰ ਹੋ ਕੇ ਕਿਤੇ ਘੁੰਮਣ ਲਈ ਨਿਕਲਦੇ ਨੇ ਤੇ ਰਾਹ ਦੇ ਵਿੱਚ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਹੈ। ਪਹਿਲਾਂ ਤਾਂ ਕਾਰ ਟਰੱਕ ਨਾਲ ਟਕਰਾਉਂਦੀ ਹੈ ਤੇ ਫਿਰ ਰੋਂਗ ਸਾਈਡ ਜਾ ਕੇ ਟੈਂਕਰ ਦੀ ਚਪੇਟ 'ਚ ਆ ਜਾਂਦੀ ਹੈ, ਜਿਸ ਤੋਂ ਬਾਅਦ ਕਾਰ ਦੇ ਵਿੱਚ ਜ਼ਬਰਦਸਤ ਧਮਾਕਾ ਹੁੰਦਾ ਹੈ, ਕਾਰ ਨੂੰ ਅੱਗ ਲੱਗ ਜਾਂਦੀ ਹੈ। 4 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ, ਜਦਕਿ ਇੱਕ ਦੀ ਹਸਪਤਾਲ ਲਿਜਾਂਦਿਆਂ ਮੌਤ ਹੋ ਜਾਂਦੀ ਹੈ। ਪਰਿਵਾਰਾਂ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ, ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸ ਦਈਏ ਕਿ ਇਤਨਾ ਦੇ ਵਿੱਚੋਂ 4 ਨੌਜਵਾਨ ਜਲੰਧਰ ਦੇ ਭਾਰਗੋ ਕੈਂਪ ਦੇ ਰਹਿਣ ਵਾਲੇ ਸਨ, ਜਦਕਿ ਇੱਕ ਕਾਲਾ ਸਿੰਘਾ ਰੋਡ ਦਾ ਰਹਿਣ ਵਾਲਾ ਸੀ। ਮ੍ਰਿਤਕਾਂ ਦੀ ਪਛਾਣ ਸੁਰਜੀਤ, ਅੰਕਿਤ, ਇੰਦਰਜੀਤ, ਰਾਜੂ ਤੇ ਸਕਸ਼ਮ ਮਨਹਾਸ ਦੇ ਰੂਪ ਚ ਹੋਈ ਹੈ। ਇਹ ਪੰਜੇ ਹੀ ਬਚਪਨ ਤੋਂ ਦੋਸਤ ਸਨ ਤੇ RSS ਦੇ ਲਈ ਕੰਮ ਕਰਦੇ ਸਨ, RSS ਦੇ ਵਰਕਰ ਵੀ ਸਨ। ਪਰਿਵਾਰਾਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ, ਮਾਪੇ ਰੋ ਰੋ ਬੇਹਾਲ ਹੋ ਗਏ ਨੇ। ਹਾਦਸੇ ਦੀਆਂ ਤਸਵੀਰਾਂ ਇੰਨੀਆਂ ਭਿਆਨਕ ਨੇ ਕਿ ਦਿਖਾਈਆਂ ਤੱਕ ਨਹੀਂ ਜਾ ਸਕਦੀਆਂ। ਕਾਰ ਦਾ ਜੋ ਹਾਲ ਹੋਇਆ, ਸੜਕੇ ਸਵਾਹ ਹੋ ਗਈ। ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਹੀ ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਇਹ ਸਾਡੇ ਸਵੈਮ ਸੇਵਕ ਸੀ ਜੀ, RSS ਦੇ ਨਾਲ ਜੁੜੇ ਸੀ ਸਾਰੇ ਬੱਚੇ, ਔਰ ਬਚਪਨ ਤੋਂ ਹੀ ਇਹ ਸ਼ਾਖਾ 'ਤੇ ਆਉਂਦੇ ਸੀਗੇ, ਔਰ ਇਹ ਸਾਰੇ ਆਪਸ ਦੇ ਵਿੱਚ ਸਵੈਮ ਸੇਵਕ ਇਕੱਠੇ ਹੀ ਰਹਿੰਦੇ ਸੀਗੇ ਅਤੇ ਕੱਲ੍ਹ ਗਏ ਹੈ, ਮੈਰਿਜ 'ਤੇ ਸੀਗੇ ਸਾਰੇ ਇਕੱਠੇ ਅਤੇ ਉਸ ਤੋਂ ਬਾਅਦ ਵਿੱਚ ਸ਼ਾਮ ਨੂੰ ਕੋਈ ਦੋਸਤ ਕਹਿੰਦੇ ਵੀ ਚਲੋ ਆਪਾਂ ਚਲਦੇ ਹਾਂ ਘੁੰਮਣ ਫਿਰਨ ਵਾਸਤੇ, ਇੱਥੇ ਘੁੰਮਣ ਵਾਸਤੇ ਹੀ ਗਏ ਆ ਅਤੇ ਰਸਤੇ ਦੇ ਵਿੱਚ ਜਿਹੜੀ ਇਹ ਦੁਰਘਟਨਾ ਜਿਹੜੀ ਹੈ ਜਿਹੜੀ ਬਰਦਾਸ਼ਤ ਨਹੀਂ ਹੋ ਰਹੀ ਸਾਡੇ ਕੋਲੋਂ, ਅਤੇ ਪਤਾ ਲੱਗਿਆ ਰਾਤ ਨੂੰ ਵੀ ਇੱਦਾਂ ਐਕਸੀਡੈਂਟ ਹੋ ਗਿਆ, ਟਰੱਕ ਨੇ ਮਾਰੀ ਸਾਈਡ ਗੱਡੀ, ਅਨਿਯੰਤਰਿਤ ਹੋ ਕੇ ਤਾਂ ਦੂਸਰੇ ਪਾਸੇ ਚਲੇ ਗਈ, ਸਾਹਮਣੇ ਉਹ ਟੈਂਕਰ ਆ ਰਿਹਾ ਸੀਗਾ ਅਤੇ ਉਹਦੀ ਚਪੇਟ 'ਚ ਆ ਕੇ ਅਤੇ ਬਲਾਸਟ ਹੋ ਗਿਆ। ਕਿੰਨੇ ਜਾਣੇ ਸੀ, ਕਿੱਥੇ ਦੇ, ਕੀ ਨਾਮ ਹੈ? ਇੱਕ ਹੈ ਜੀ ਆਪਣੇ ਇੰਦਰਜੀਤ ਜੀ ਹੈ, ਸਾਡੇ ਇੰਦਰਜੀਤ ਜੀ, ਅੰਕਿਤ ਜੀ, ਰਾਜੂ ਜੀ ਔਰ ਅਭੀ ਜੀ, ਔਰ ਇੱਕ ਹੋਰ ਇਹਨਾਂ ਦਾ ਦੋਸਤ ਸੀ ਜੇਲ੍ਹ ਰੋਡ ਦੇ ਕੋਲ ਸੀ, ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ। ਵੈਸੇ ਕਿੰਨੇ ਜਣੇ ਸੀ ਟੋਟਲ? ਇਹ 5 ਜਣੇ ਸੀਗੇ ਟੋਟਲ ਜੀ। ਤੇ ਪਾਰਕ ਕੈਂਪ ਦੇ ਕਿੰਨੇ ਨੌਜਵਾਨ ਸੀ? 4 ਜਿਹੜੇ ਬੱਚੇ ਆ ਉਹ ਸਾਡੇ ਪਾਰਕ ਕੈਂਪ ਦੇ ਹੀ ਆ। ਕੰਮ ਕੀ ਕਰਦੇ ਸੀ ਇਹ ਸਾਰੇ? ਪਹਿਲੇ ਤਾਂ ਸਟੂਡੈਂਟ ਸੀ, ਪਰ ਹੁਣ ਟਾਈਮ ਟੂ ਟਾਈਮ ਆਪਣੇ ਆਪਣੇ ਕੰਮਾਂ ਦੇ ਵਿੱਚ ਜਿਹਨੂੰ ਜੋ ਵੀ ਕੰਮ ਮਿਲ ਰਿਹਾ ਸੀਗਾ ਉਹ ਕਰ ਰਿਹਾ ਸੀਗਾ। ਰਾਜੂ ਜੀ ਦਿਲਕੁਸ਼ਾ ਮਾਰਕੀਟ ਵਿੱਚ ਕੁਛ ਸ਼ਾਇਦ ਹੋਲਸੇਲਰ ਦੇ ਕੋਲ ਮੈਡੀਕਲ ਦੇ ਵਿੱਚ ਉੱਥੇ ਕਰਦੇ ਸੀਗੇ। ਅਭੀ ਜੀ ਇਹ ਸ਼ਾਇਦ ਇਹਨਾਂ ਦਾ ਨਾ ਕੋਈ ਉਹ ਸੀਗਾ ਜਿੱਦਾਂ ਸ਼ੈਫ ਟਾਈਪ ਹੁੰਦਾ ਨਾ, ਇਹ ਇਸ ਤਰ੍ਹਾਂ ਦਾ ਕੋਈ ਕੰਮ ਕਰਦੇ ਸੀਗੇ ਕਿਸੇ ਦੇ ਨਾਲ। ਅਤੇ ਜਿਹੜੇ ਇੰਦਰਜੀਤ ਜੀ ਸੀਗੇ ਇਹ ਸਟੂਡੈਂਟ ਸੀ, ਅਤੇ ਜਿਹੜੇ ਆਪਣੇ ਅੰਕਿਤ ਜੀ ਹੈ ਇਹ ਵੀ ਹੁਣ ਕੁਛ ਨਾ ਕੁਛ ਜੋ ਇਹਨਾਂ ਦਾ ਕੋਈ ਕੰਮ ਸੀਗਾ ਉਹ ਕਰ ਰਹੇ ਸੀਗੇ। ਔਰ ਬਹੁਤ ਮੰਦਭਾਗੀ ਘਟਨਾ, ਔਰ ਰਾਸ਼ਟਰੀ ਸਵੈਮ ਸੇਵਕ ਸੰਘ ਨੂੰ ਇਹਦਾ ਬਹੁਤ ਵੱਡਾ ਘਾਟਾ ਜਿਹੜਾ ਉਹ ਸਾਨੂੰ ਹੋਇਆ ਇਹਨਾਂ ਬੱਚਿਆਂ ਦੇ ਜਾਂਦੇ ਨਾਲ। ਠੀਕ ਹੈ ਜੀ, ਮੈਂ ਉਹਦਾ ਮਾਪਿਆਂ ਵਾਲਾ। ਉਹ ਕਿਤੇ ਕੱਲ੍ਹ ਇੱਧਰੋਂ ਕਿਤੇ ਗਏ ਨੇ, ਵਿਆਹ 'ਤੇ ਗਏ ਆ ਜੀ।
ਵਿਆਹ ਤਾਂ ਗਏ ਆ, ਸਾਨੂੰ ਮੁੰਡਾ ਕਹਿੰਦਾ ਵਿਆਹ ਜਾਣਾ ਸੀ, ਤਾਂ ਚਲੋ ਜਾਂਦੇ ਆ ਜੀ। ਸਾਨੂੰ ਕਰੀਬ 11:30 ਸਾਨੂੰ ਫੋਨ ਆਇਆ ਵਾ ਵੀ ਇੱਦਾਂ ਦਾ ਹਸਪਤਾਲ ਤੋਂ ਵੀ ਪੁਲਿਸ ਵਾਲਿਆਂ ਦਾ ਵੀ ਇਹ ਤੁਹਾਡੇ ਬੱਚੇ ਆ, ਤੁਸੀਂ ਆਓ ਵੀ ਮਤਲਬ ਆ ਕੇ ਦੇਖੋ ਤੁਹਾਡਾ ਐਕਸੀਡੈਂਟ ਜਿਹਾ ਹੋਇਆ। ਜਦੋਂ ਉੱਥੇ ਜਾ ਕੇ ਗਏ ਆ, ਮੇਰਾ ਮਤਲਬ ਸੰਧੂ ਸਾਹਿਬ ਆ, ਉੱਥੇ ਰਾਤ ਨੂੰ ਗਏ ਆ, ਉੱਥੇ ਜਾ ਕੇ ਦੇਖਿਆ, ਉਹਨਾਂ ਨੇ ਕਿਹਾ ਵੀ ਇਹ ਡੈੱਡ ਬੱਚੇ ਤੁਹਾਡੇ ਡੈੱਡ ਹੋ ਗਏ। ਅੱਛਾ ਜੀ। ਸਾਨੂੰ ਉੱਥੇ ਜਾ ਕੇ ਪਤਾ ਲੱਗਿਆ, ਜਾ ਕੇ ਪੂਰਾ ਹਾਂ ਵੀ ਉਹਨਾਂ ਨੂੰ ਮੈਂ ਹਜੇ ਇੱਥੇ ਹੀ, ਉਹ ਹਜੇ ਵੀ ਉੱਥੇ ਹੀ ਹੈਗੇ ਨੇ ਵੀ ਜਾ ਕੇ ਹਸਪਤਾਲ ਦੇ ਵਿੱਚ ਥਾਣੇ ਦੇ 6 ਹੈਗੇ ਨੇ, ਹਜੇ ਤੱਕ ਸਾਨੂੰ ਕੁਛ ਵੀ ਨਹੀਂ ਪਤਾ ਲੱਗਿਆ ਹੈਗਾ ਪੂਰਾ। ਰਾਤ ਨੂੰ ਕਿੰਨੇ ਜਾਣੇ ਸੀ ਇਹ, ਕਿੱਥੇ ਜਾ ਰਹੇ ਸੀ ਇਹ? ਭਾਅ ਜੀ ਸਾਨੂੰ ਇੰਨਾ ਵੀ ਨਹੀਂ ਪਤਾ ਹੈਗਾ ਵੀ ਉੱਧਰ ਕੋਈ ਵਿਆਹ ਸੀ, ਜਿੱਦਾਂ ਦਸੂਏ ਮਕੇਰੇ ਨਾਲ ਅੱਗੇ ਕਿਤੇ ਵਿਆਹ ਸੀ। ਅੱਛਾ ਜੀ। ਉੱਧਰੋਂ ਵਿਆਹ ਤੋਂ ਵਾਪਸ ਆ ਰਹੇ ਸਰ, ਸੋਰੀ, ਵਿਆਹ ਤੋਂ ਵਾਪਸ ਆ ਰਹੇ। ਕਿੰਨੇ ਸਾਲ ਦੀ ਬੱਚੇ ਦੀ ਉਮਰ ਹੈ, ਕੀ ਨਾਮ ਹੈਗਾ? ਹਾਂ, ਇੱਕ ਦਾ ਨਾਮ ਅਬੀ ਹੈਗਾ ਜਿਹੜਾ ਇੱਥੇ। ਹਾਂ, ਮੁੰਡਾ ਸਾਡੇ ਦਾ ਅਬੀ ਨਾਂ ਜੀ। ਜੀ। ਇਹਦੀ ਉਮਰ ਹੈਗੀ ਹੈ 22 ਸਾਲ। ਇਹ ਬਾਕੀ ਨਾਲ ਦੋਸਤ ਸੀ ਜਾਂ ਭਰਾ ਸੀ? ਇਹ ਦੋਸਤ ਨੇ ਸਰ। ਅੱਛਾ ਜੀ। ਇੱਕੋ ਜਿਹੇ ਭਰਕੂ ਕੈਂਪ ਦੇ ਰਹੇ? ਹਾਂ। ਅੱਛਾ ਜੀ। ਭਰਕੂ ਕੈਂਪ ਦੇ 3 ਮੁੰਡੇ ਇੱਥੇ ਦੇ ਆ, ਇੱਕ ਗਾਂਧੀ ਕੈਂਪ, ਇੱਕ ਗਾਂਧੀ ਕੈਂਪ ਦਾ, ਇੱਕ ਹੋਰ ਕਬੀਰ ਨਗਰ ਦਾ। ਨਹੀਂ, ਗਾਂਧੀ ਕੈਂਪ ਦੇ। ਅੱਛਾ। 5000। ਇਹ ਪਤਾ ਲੱਗੇ ਕਿੱਦਾਂ ਹਾਦਸਾ ਹੋਇਆ? ਸਾਨੂੰ ਭਾਅ ਜੀ ਕੁਛ ਵੀ ਨਹੀਂ ਪਤਾ। ਸੁਣਿਆ ਵੀ ਮਤਲਬ ਕਿਸੇ ਗੱਡੀ ਦੇ ਨਾਲ ਵੱਜਿਆ ਜੀ, ਤੇ ਗੱਡੀ ਦੂਜੇ ਪਾਸੇ ਟੈਂਕਰ ਆਇਆ, ਉਹਨੇ ਚੜਾਤੀ। ਅੱਛਾ ਜੀ। ਤੇ ਕੰਮ ਕੀ ਕਰਦਾ ਸੀ ਮੁੰਡਾ? ਮੈਨੇਜਮੈਂਟ ਦਾ, ਹੋਟਲ ਮੈਨੇਜਮੈਂਟ ਦਾ ਕੰਮ ਕਰਦਾ। ਅੱਛਾ। ਤੇ ਗੱਲ ਕਰੀਏ ਘਰ ਦੀ, ਫੈਮਿਲੀ ਕਿੱਦਾਂ? ਫੈਮਿਲੀ 'ਚ ਕੌਣ ਕੌਣ ਸੀ? ਉਹਦੀ ਦੋ, ਇੱਕੋ ਬੇਟਾ ਹੈਗਾ। ਅੱਛਾ। ਇਕੱਲਾ? ਇਕੱਲਾ ਇਕੱਲਾ। ਇੱਕ ਸਿਸਟਰ ਹੈ, ਮਾਂ ਪਿਓ ਬਸ। ਕਿੰਨੇ ਵਜੇ ਦੇ ਕਰੀਬ ਤੁਹਾਨੂੰ ਪਤਾ ਲੱਗਦਾ ਹਾਂ ਵੀ ਆਹ ਕਿਹੜਾ ਹਾਦਸਾ? 11:00 ਸਾਨੂੰ ਪਤਾ ਰਾਤ ਦੇ। ਤੁਸੀਂ ਦੇਖਿਆ ਸੀ ਪਰਿਵਾਰਿਕ